ਕੋਲੇ ਜਦੋਂ ਇਹ ਬੈਠਦਾ ਸੀ ਅਤੇ ਅਸੀਂ ਗੱਲਾਂ ਬਾਤਾਂ ਮਾਰਦੇ ਸੀ ਤਾਂ ਮੈਂ ਇਹਨੂੰ ਹਮੇਸ਼ਾ ਇਹ ਗੱਲ ਕਹਿੰਦਾ ਸੀ, ਮੈਂ ਕਿਹਾ ਯਾਰ ਜਿਵੇਂ ਨਾ ਤੇਰਾ ਮਾਹੌਲ ਹੈ, ਜਿਵੇਂ ਤੇਰਾ ਸੁਭਾਅ ਹੈ, ਜਿਵੇਂ ਦੀ ਤੇਰੇ 'ਚ ਕੈਪੇਬਿਲਿਟੀ ਹੈਗੀ ਆ, ਤੂੰ ਜਿਸ ਲੈਵਲ ਦਾ ਐਕਟਰ ਮੈਨੂੰ ਲੱਗਦਾ ਹੈ, ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਵੀ ਕੀ ਚੱਕਰ ਆ, ਵੀ ਤੇਰੀ ਵੈਲਿਊ ਨਹੀਂ ਪੈ ਰਹੀ ਹੈਗੀ, ਜਾਂ ਤੂੰ ਐਕਚੁਅਲੀ ਇਹਦੀ ਇੱਕ ਦੋ ਤਾਂ ਇਹਦੀਆਂ ਪ੍ਰੋਬਲਮਾਂ ਵੀ ਨੇ, ਵੀ ਇੱਕ ਇਹ ਕੋਈ ਵੀ ਕਰੈਕਟਰ ਜਿਹਨੂੰ ਫੜਦਾ ਇਹਨੂੰ ਟਾਈਮ ਚਾਹੀਦਾ ਪ੍ਰੋਪਰ ਉਸ ਚੀਜ਼ ਨੂੰ ਅਡੋਪਟ ਕਰਨ ਲਈ। ਅਤੇ ਜਦੋਂ ਇਹ ਜਾਂਦਾ ਸੀ ਕਿਸੇ ਫਿਲਮ ਦੇ ਸੈੱਟ ਦੇ ਉੱਤੇ, ਜਿਹੜੇ ਬੰਦੇ ਨੂੰ ਬੁਲਾਉਂਦੇ ਸੀ ਉਹ ਇਹਨੂੰ ਖੜ੍ਹੇ ਪੈਰ ਦੇ ਉੱਤੇ ਸੀਨ ਦਿੰਦੇ ਸੀ ਕਿ ਆਹ ਭਾਅ ਜੀ ਤੁਹਾਡਾ ਸੀਨ ਹੈ, ਫਟਾਫਟ ਛੇਤੀ ਕਰੋ ਛੇਤੀ ਕਰੋ, ਭਾਅ ਜੀ ਟਾਈਮ ਨਹੀਂ ਗਿਆ ਇੰਨਾ। ਉਹ ਜਦ ਤੱਕ ਵਿਚਾਰਾ ਪੂਰੇ ਕਰੈਕਟਰ 'ਚ ਆਉਂਦਾ ਸੀ ਇਹਦਾ ਰੋਲ ਮੁੱਕ ਜਾਂਦਾ ਸੀਗਾ। ਅਤੇ ਬਹੁਤ ਟਾਈਮ ਤੋਂ ਆਇਆ ਸੀ, ਮੈਨੂੰ ਐਂ ਲੱਗਿਆ, ਮੈਂ ਕਿਹਾ ਯਾਰ ਆਪਾਂ ਨਾ ਕੁਛ ਕਰੀਏ ਨਵਾਂ ਬਣਾਈਏ। ਇਹਨੇ ਮੈਨੂੰ ਇੱਕ ਫੋਟੋ ਦਿਖਾਈ ਇਹਦੀ ਸੀ, ਇਹ ਅੰਬੈਸਡਰ ਕਾਰ ਦੇ ਅੱਗੇ ਬੈਠਾ ਸੀ ਅਤੇ ਇਹਦੇ ਹੱਥ 'ਚ ਇੱਕ ਗਲਾਸ ਸੀਗਾ ਅਤੇ ਉਹਦੇ 'ਚ ਬਿਸਕੁਟ ਡਬੋ ਡਬੋ ਕੇ ਖਾ ਰਿਹਾ ਸੀਗਾ। ਅਤੇ ਉਹ ਫੋਟੋ ਮੈਨੂੰ ਇੰਨੀ ਵਧੀਆ ਲੱਗੀ, ਉਸ ਫੋਟੋ ਨੂੰ ਦੇਖ ਕੇ ਮੇਰੇ ਮਨ 'ਚ ਆਈਡੀਆ ਆਇਆ। ਮੈਂ ਪਹਿਲਾਂ ਵੀ ਵਾਰਨਿੰਗ ਬਾਰੇ ਕੁਛ ਸੋਚਦਾ ਸੀ ਅਤੇ ਮੈਨੂੰ ਯਾਦ ਆ ਮੈਂ ਇੱਕ ਸ਼ੂਟਿੰਗ ਕਰ ਰਿਹਾ ਸੀ, ਇਹ ਮੇਰੀ ਵੈਨਿਟੀ ਵੈਨ 'ਚ ਬੈਠੇ ਸੀਗੇ ਅਤੇ ਮੈਂ ਸੀਨ ਸ਼ੂਟ ਕਰਨ ਗਿਆ। ਜਦ ਤੱਕ ਮੈਂ ਵਾਪਸ ਆਇਆ ਅਤੇ ਮੈਂ ਇਹਨੂੰ ਕਿਹਾ ਮੈਂ ਕੁਛ ਲਿਖਿਆ, ਕਹਿੰਦਾ ਬਾਈ ਸੁਣਾਓ। ਅਤੇ ਮੈਂ ਇਹਨੂੰ ਵਾਰਨਿੰਗ ਦਾ ਫਸਟ ਐਪੀਸੋਡ ਸੁਣਾਇਆ ਅਤੇ ਹਾਲੇ ਕਾਪੀ 'ਤੇ ਵੀ ਨਹੀਂ ਸੀ ਲਿਖਿਆ, ਮਤਲਬ ਮੈਂ ਦਿਮਾਗ 'ਚ ਹੀ ਬਣਾਇਆ ਸੀ। ਅਤੇ ਕਹਿੰਦਾ ਵੀ ਬਹੁਤ ਘੈਂਟ ਲੱਗ ਰਿਹਾ ਬਾਈ, ਵੀ ਇਹ 'ਤੇ ਕੰਮ ਕਰੀਏ। ਮੈਂ ਨਾਲ ਦੀ ਨਾਲ ਹੀ ਅਮਰ ਨੂੰ ਬੁਲਾ ਲਿਆ, 15 ਮਿੰਟ ਹੀ ਲਾਏ ਹੋਣੇ ਨੇ। ਸੋ ਅਮਰ ਆ ਗਿਆ, ਫਟਾਫਟ ਐਗਜੀਕਿਊਟ ਕੀਤਾ। ਬਹੁਤ ਛੋਟੇ ਬਜਟ ਦੀ ਚੀਜ਼ ਸੀ ਕਿਉਂਕਿ ਯੂਟਿਊਬ ਦੇ ਉੱਤੇ ਪਾਉਣੀ ਸੀ, ਪਤਾ ਨਹੀਂ ਸੀ ਪ੍ਰੈਕਟੀਕਲੀ ਕਿ ਇਹ ਚੀਜ਼ ਚੱਲੂ ਜਾਂ ਨਹੀਂ ਚੱਲੂ, ਕਿ ਇਹਦਾ ਐਕਸਪੀਰੀਅੰਸ ਕਿੱਦਾਂ ਹੋਊਗਾ। ਅਤੇ ਬਹੁਤ ਹੀ ਗਰੀਬੀ ਦਾ ਵਿੱਚ ਸ਼ੂਟ ਕੀਤਾ। ਸੋ ਇਹਨਾਂ ਨੇ ਆਪ ਹੀ ਐਫਰਟ ਮਾਰੀ ਬੜੀ, ਸੋ ਚੀਜ਼ਾਂ ਚੂਜ਼ਾਂ ਲਿਖੀਆਂ ਗਈਆਂ, ਸਾਰਾ ਐਪੀਸੋਡ ਬਣਾ ਲਿਆ 20-22 ਮਿੰਟ ਦਾ। ਔਰ ਇਹ ਸੋਚਿਆ ਕਿ ਹਰ ਜੇ ਚੱਲ ਗਿਆ ਤਾਂ 20-20 ਮਿੰਟ ਦੀਆਂ ਇੱਦਾਂ ਦੇ ਐਪੀਸੋਡ ਨਵੇਂ ਬਣਾਇਆ ਕਰਾਂਗੇ। ਸੋ ਇਸ ਐਪੀਸੋਡ ਦਾ ਜਿਹੜਾ ਪਰਪਸ ਸੀਗਾ ਪਹਿਲੇ ਐਪੀਸੋਡ ਦਾ, ਉਹਦੇ ਵਿੱਚ ਮੈਂ ਦਿਖਾਇਆ ਸੀ ਕਿ ਇਹਨੂੰ ਇੱਕ ਬੰਦੇ ਕੋਲ ਜੌਬ ਮੰਗਣ ਜਾਂਦਾ ਅਤੇ ਰੋਟੀ ਨਹੀਂ ਮਿਲ ਰਹੀ ਹੁੰਦੀ, ਇਹਨੂੰ ਸੀਗਾ ਕਿ ਮੇਰੀ ਮਾਂ ਹੈ, ਘਰ ਭੁੱਖੀ ਹੈ, ਮੈਂ ਕੁਛ ਐਫਰਟ ਕਰਾਂ, ਮਾਂ ਦੇ ਲਈ ਰੋਟੀ ਬਣਾਵਾਂ, ਰੋਟੀ ਕਮਾਵਾਂ। ਅਤੇ ਜਦੋਂ ਉੱਥੇ ਜਾਂਦਾ ਤਾਂ ਉਹ ਇਹਨੂੰ ਪੁੱਠੇ ਰਾਹਾਂ 'ਤੇ ਪਾ ਦਿੰਦੇ ਆ, ਔਰ ਇਹ ਵੀ ਥੋੜ੍ਹੇ ਜ਼ਿਆਦਾ ਪੈਸਿਆਂ ਦੇ ਲਾਲਚ 'ਚ ਜਾ ਕੇ ਪੁੱਠੇ ਰਾਹਾਂ 'ਤੇ ਪੈ ਜਾਂਦਾ। ਅਤੇ ਉਹਦਾ ਕਲਾਈਮੈਕਸ ਅਸੀਂ ਇਹ ਕੀਤਾ ਸੀਗਾ ਕਿ ਜਿਹੜਾ ਵੀ ਬੰਦਾ ਰੋਂਗ ਪਾਸੇ ਪੈਂਦਾ ਤਾਂ ਅੰਤ ਉਹਦਾ ਬੁਰਾ ਹੈ। ਸੋ ਐਂਡ ਦੇ ਉੱਤੇ ਪ੍ਰਿੰਸ ਨੂੰ ਅਸੀਂ ਆਲਮੋਸਟ ਕਿ ਮੈਂ ਮਾਰਤਾ ਸੀ ਪ੍ਰਿੰਸ। ਅਤੇ ਉਹ ਐਪੀਸੋਡ ਇੰਨਾ ਚੱਲਿਆ ਔਰ ਲੋਕਾਂ ਨੇ, ਈਵਨ ਮੇਰੇ ਬੱਚੇ ਕਹਿੰਦੇ ਨਹੀਂ ਪਾਪਾ, ਪ੍ਰਿੰਸ ਚਾਚੇ ਨੂੰ, ਪ੍ਰਿੰਸ ਤਾਂ ਇਹਨੂੰ ਜਿਉਂਦਾ ਕਰੋ ਫਟਾਫਟ, ਕਹਿੰਦੇ ਇਹ ਮਰਨਾ ਨਹੀਂ ਚਾਹੀਦਾ ਹੈਗਾ, ਕਹਿੰਦੇ ਐਪੀਸੋਡ ਤਾਂ ਹੈ ਹੀ ਇੱਦਾਂ ਦਾ। ਸੋ ਲੋਕਾਂ ਦੇ ਕਮੈਂਟ ਇੰਨੇ ਆਏ ਅਤੇ ਮੈਨੂੰ ਪਤਾ ਕਿ ਮੈਂ ਸੈਕਿੰਡ ਐਪੀਸੋਡ ਕਿੱਦਾਂ ਲਿਖਿਆ, ਉਹਦੇ 'ਚ ਕਿਵੇਂ ਘੁਮਾ ਕੇ ਪ੍ਰਿੰਸ ਨੂੰ ਦੁਬਾਰਾ ਬਿੰਗੀ ਗਰਦਨ ਕਰਕੇ ਮੈਂ ਇਹਨੂੰ ਜਿਉਂਦਾ ਕੀਤਾ, ਜੇ ਉਹ ਸੈੱਟ ਕੀਤਾ। ਸੋ ਇਹ ਵੀ ਯਾਦ ਰੱਖਣਾ ਵੀ ਤੈਨੂੰ ਜਿਉਂਦਾ ਕੀਤਾ ਸੀ ਮੈਂ।